ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਵਿਵੇਕ ਸ਼ਰਮਾ ਦੀ ਗੱਡੀ 'ਤੇ ਹੋਏ ਹਮਲੇ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਵੱਲੋਂ ਸਖ਼ਤ ਰੁੱਖ ਅਪਣਾਉਂਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ SP ਮਨੋਜ ਠਾਕੁਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਨੋਂ ਨੌਜਵਾਨਾਂ ਤੋਂ ਦੌਰਾਨੇ ਪੁੱਛਗਿੱਛ ਇਹ ਪਤਾ ਲੱਗਾ ਕਿ ਇਹਨਾਂ ਦੋਨਾਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਇਹ ਆਪਣੀ ਐਕਟਿਵਾ 'ਤੇ ਵਾਪਸ ਹੁਸ਼ਿਆਰਪੁਰ ਵੱਲ ਨੂੰ ਆ ਰਹੇ ਸਨ ਤਾਂ ਇਹਨਾਂ ਨੂੰ ਲੱਗਾ ਕਿ ਸਾਹਮਣੇ ਤੋਂ ਆ ਰਹੀ ਗੱਡੀ ਇਹਨਾਂ ਉੱਪਰ ਚੜ੍ਹ ਜਾਵੇਗੀ, ਜਿਸ 'ਤੇ ਇਹਨਾਂ ਨੇ ਲੋਹੇ ਦੀ ਰਾੜ ਨਾਲ ਸ਼ੀਸ਼ੇ ਉੱਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਇਹਨਾਂ ਦੋਵਾਂ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। ਨਾ ਸਾਡੇ ਮਤਲਬ ਹਿਮਾਚਲ ਦੇ ਕਾਂਗਰਸ ਦੇ MLA ਵਿਵੇਕ ਸ਼ਰਮਾ ਜੀ, ਉਹ ਇੱਥੋਂ ਆਪਣੇ ਪਿੰਡ ਜਾ ਰਹੇ ਉਨੇ ਨੂੰ ਅਤੇ ਉਹਨਾਂ ਨੂੰ ਰਸਤੇ ਦੇ ਵਿੱਚ ਜੋ ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੇ ਚੀਜ਼ ਨਾਲ ਸਾਡੇ 'ਤੇ ਵਾਰ ਕੀਤਾ ਗਿਆ, ਉਹ ਅਸੀਂ ਕੱਲ੍ਹ ਹੀ ਉਹਨਾਂ ਦੀ ਸਟੇਟਮੈਂਟ ਲਈ ਹੈ। ਪਹਿਲੇ ਉਹਨਾਂ ਨੇ ਕੋਈ ਵੀ ਸਾਨੂੰ ਸਟੇਟਮੈਂਟ ਨਹੀਂ ਦਿੱਤੀ ਸੀਗੀ। ਕੱਲ੍ਹ ਜਦੋਂ ਸਟੇਟਮੈਂਟ ਦਿੱਤੀ ਉਹਦੇ ਆਧਾਰ 'ਤੇ ਅਸੀਂ FIR ਜਿਹੜੀ ਹੈ ਲੌਜ ਕਰਤੀ 150 ਉਹਦੇ 341 427 ਜੋ ਗੱਡੀ ਦਾ ਨੁਕਸਾਨ ਹੋਇਆ ਸੀ, ਜੋ ਚੀਜ਼ ਮਾਰੀ ਇਹਨਾਂ ਨੇ, ਜੋ ਡੈਂਟ ਪਿਆ ਸੀਗਾ। ਪਰ ਇਹ ਜਿਹੜੇ ਬੰਦੇ ਅਸੀਂ ਦੋ ਫੜੇ ਆ, ਬੋਧ ਰਾਜ ਅਤੇ ਪਵਨ ਕੁਮਾਰ, ਚੱਕ ਸਾਧੋ ਦੇ ਹੈਗੇ ਆ, ਇਹ ਸਦਰ ਏਰੀਏ ਦੇ ਵਿੱਚ ਇਹਨਾਂ ਦਾ ਪਿੰਡ ਹੈਗਾ। ਅਤੇ ਇਹਨਾਂ ਨੂੰ ਜਿਹੜਾ ਅਸੀਂ ਪੁਲਿਸ ਨੇ 12 ਘੰਟਿਆਂ ਦੇ ਵਿੱਚ ਹੀ ਟਰੇਸ ਕਰ ਲਿਆ, ਮਾਣਯੋਗ SSP ਸਾਹਿਬ ਦੀਆਂ ਹਦਾਇਤਾਂ 'ਤੇ ਅਸੀਂ ਜਿਹੜੀਆਂ ਟੀਮਾਂ ਤਿਆਰ ਕੀਤੀਆਂ, ਸਾਹਿਬ ਨੇ ਸਾਰੀਆਂ ਟੀਮਾਂ ਨੂੰ ਤਿਆਰ ਕਰਾ ਕੇ ਅਤੇ ਇਹਨਾਂ ਨੂੰ ਅਸੀਂ ਟਰੇਸ ਕਰ ਲਿਆ, ਕਿਉਂਕਿ 12 ਘੰਟਿਆਂ ਦੇ ਵਿੱਚ ਹੀ ਸਭ ਟਰੇਸ ਹੋ ਗਿਆ। ਇਹ ਇਹਨਾਂ ਦੀ ਪੁੱਛਗਿੱਛ ਜੋ ਕੀਤੀ ਅਸੀਂ, ਇਹਨਾਂ ਨੇ ਦੱਸਿਆ ਕਿ ਸਾਨੂੰ ਨਾ ਗੱਡੀ ਕੋਈ ਓਵਰਟੇਕ ਕਰ ਰਹੀ ਸੀਗੀ ਅਤੇ ਅਸੀਂ ਉੱਥੇ ਪਾਈਪ ਸੀਗੀ ਅਤੇ ਅਸੀਂ ਚੁੱਕੇ ਜਿਹੜੇ ਉਹ ਗੱਡੀ 'ਤੇ ਮਾਰਤੀ ਆ, ਉਹਦੇ ਆਧਾਰ 'ਤੇ ਜੋ ਗੱਡੀ ਦਾ ਨੁਕਸਾਨ ਉਹਦੇ ਉੱਪਰ ਆਪਾਂ FIR 150 ਜਿਹੜੀ ਉਹ ਦਰਜ ਕਰਤੀ ਸੀਗੀ, 341 427 FIR ਨੰਬਰ 150 ਹੈਗਾ। ਅਤੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਵੀ ਅਸੀਂ ਚੈੱਕ ਕਰਾ ਰਹੇ ਹਾਂ, ਕੋਈ ਪਹਿਲੇ ਤਾਂ ਨਹੀਂ ਕੋਈ ਪਰਚੇ, ਹਾਲੇ ਤੱਕ ਕੋਈ ਵੀ ਇਹੋ ਜਿਹਾ ਚੀਜ਼ ਸਾਹਮਣੇ ਸਾਡੇ ਨਹੀਂ ਆਈ ਪੁਲਿਸ ਦੇ, ਜਿਹਨਾਂ ਦੇ ਕੋਈ ਵਰਖਿਲਾਫ਼ ਪਰਚੇ ਦਰਜ ਹੋਏ। ਪਰ ਇਹਨਾਂ ਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀਗੀ, ਸ਼ਰਾਬ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕਾਰਵਾਈ ਕੀਤੀ ਆ, ਖੋਹ ਦੀ ਕੋਈ ਵੀ ਇਹੀ ਮਨਸਾ ਨਹੀਂ ਸੀਗੀ ਇਹਨਾਂ ਦੀ। ਇਹਨਾਂ ਦੇ ਮੁਤਾਬਕ, ਦੱਸਣ ਦੇ ਮੁਤਾਬਕ ਕਿ ਸਾਨੂੰ ਓਵਰਟੇਕ ਕੀਤਾ ਗੱਡੀ ਨੇ, ਇਸ ਕਰਕੇ ਅਸੀਂ ਜਿਹੜੀ ਆ ਉਹ ਪਾਈਪ ਸੀਗੀ ਲੋਹੇ ਦੀ ਉਹ ਗੱਡੀ 'ਤੇ ਮਾਰਤੀ ਹੈ। ਨਹੀਂ, ਇਹ ਸਿਰਫ ਦੋ ਹੀ ਬੰਦੇ ਸੀਗੇ, ਬੋਧ ਰਾਜ ਅਤੇ ਪਵਨ ਕੁਮਾਰ।